ਸਤਿ ਸ਼੍ਰੀ ਅਕਾਲ, ਸਾਡਾ ਟੀ ਵੀ USA ਵੇਖ ਰਹੇ ਹੋ। ਅਤੇ ਦੋਸਤੋ, ਕਰੋਨਾ ਕਾਲ ਦਾ ਜਿਹੜਾ ਸਮਾਂ ਹੈ ਬਹੁਤ ਖਤਰਨਾਕ ਚੱਲ ਰਿਹਾ ਹੈ, ਅਤੇ ਉਸ ਦੇ ਵਿੱਚ ਜਿਹੜੀ ਆਕਸੀਜਨ ਦੀ ਆਪਾਂ ਦੇਖਦੇ ਹਾਂ ਬਹੁਤ ਵੱਡੀ ਜਿਹੜੀ ਕਿੱਲਤ ਹੈ ਉਹ ਆ ਰਹੀ ਹੈ ਦੇਸ਼ ਦੇ ਵਿੱਚ। ਸਰਕਾਰਾਂ ਜਿਹੜੀਆਂ ਫੇਲ ਹੋ ਚੁੱਕੀਆਂ, ਇਹਦੇ ਵਿੱਚ ਆਮ ਲੋਕ ਨੇ ਜਿਹੜੇ ਫਿਰ ਉਹਨਾਂ ਨੇ ਸੰਭਾਲਿਆ ਮੋਰਚਾ, ਅਤੇ ਉਹ ਹੁਣ ਪੈਸੇ ਲਾ ਕੇ ਆਮ ਲੋਕਾਂ ਦੇ ਲਈ, ਆਮ ਜਿਹੜੇ ਲੋਕ ਹੈ ਜਿਹੜੇ ਅਫੋਰਡ ਨਹੀਂ ਕਰ ਸਕਦੇ ਉਹਨਾਂ ਵਾਸਤੇ ਆਮ ਲੋਕ ਸਾਹਮਣੇ ਆਏ ਨੇ। ਸੋ ਰਮਨਦੀਪ ਸਿੰਘ ਬਾਈ ਸਾਡੇ ਨਾਲ ਨੇ, ਇਹਨਾਂ ਨੇ ਤਕਰੀਬਨ 1000 ਮਸ਼ੀਨਾਂ ਜਿਹੜੀਆਂ ਹੈਗੀਆਂ ਆਕਸੀਜਨ ਵਾਲੀਆਂ ਉਹ ਡੋਨੇਟ ਕੀਤੀਆਂ ਨੇ ਇੰਡੀਅਨ ਜਿਹੜੀਆਂ ਸੰਸਥਾਵਾਂ ਨੇ ਅਤੇ ਇੱਥੇ ਲੋਕਲ ਸਰਕਾਰ ਨੂੰ ਵੀ। ਸੋ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਜਿਹੜੀਆਂ ਹੈਗੀਆਂ ਕਿਵੇਂ ਕਿਵੇਂ ਉਹ ਵੰਡੀਆਂ ਨੇ ਅਤੇ ਕਿਵੇਂ ਕਿਵੇਂ ਦਿੱਤੀਆਂ ਨੇ। ਬਾਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡਾ ਟੀ ਵੀ USA 'ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਡਾ ਟੀ ਵੀ USA ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਵਰੇਜ ਕਰ ਰਹੇ ਨੇ। ਬਾਜੀ, ਕਿੰਨੀਆਂ ਮਸ਼ੀਨਾਂ ਹੈ ਅਤੇ ਉਹ ਕਿੱਥੇ ਕਿੱਥੇ ਵੰਡੀਆਂ, ਕਿੰਨੀਆਂ ਕਿੰਨੀਆਂ ਦਿੱਤੀਆਂ? ਆਈ 1000 ਮਸ਼ੀਨ ਆਈ ਹੈ, ਜਿਹਦੇ 'ਚੋਂ 335 ਸਾਡੇ ਹਨੂਮਾਨਗੜ੍ਹ ਜ਼ਿਲ੍ਹਾ ਰਾਜਸਥਾਨ 'ਚ, 335 ਖਾਲਸਾ ਐਡ ਵਾਲਿਆਂ ਨੂੰ ਅਤੇ 330 ਇੰਟਰਨੈਸ਼ਨਲ ਸੇਵਾ ਸਮਿਤੀ ਹੈ ਕੋਈ ਉਹਨਾਂ ਨੂੰ ਭੇਜ ਦਿੱਤੀਆਂ। ਬਾਜੀ, ਖਾਲਸਾ ਐਡ 'ਤੇ ਦੋਸ਼ ਲੱਗਦੇ ਨੇ ਕਿ ਉਹ ਬਾਹਰੀ ਨੇ, ਅੱਤਵਾਦੀਆਂ ਨਾਲ ਮਿਲੇ ਹੋਏ ਨੇ, ਅਤੇ ਤੁਸੀਂ ਹੁਣ ਉਹਨਾਂ ਨੂੰ ਐਡ ਦਿੱਤੀ ਹੈ, ਅਤੇ ਕਿਤੇ ਨਾ ਕਿਤੇ ਫਿਰ ਕੱਲ੍ਹ ਨੂੰ ਜੇ ਤੁਹਾਡੇ 'ਤੇ ਇਹ ਦੋਸ਼ ਲਾਉਣਗੇ ਫਿਰ ਕੀ ਕਰੋਗੇ? ਦੇਖੋ ਜੀ, ਜੇ ਹੁਣ ਵੀ ਦੋਸ਼ ਲੱਗਦੇ ਆ, ਦੇਖੋ ਦਿੱਲੀ 'ਚ ਕਿਸੇ ਦੀ ਮੌਤ ਹੋ ਜਾਂਦੀ ਹੈ ਘਰ ਦੀ ਤਾਂ ਘਰ ਵਾਲੇ ਲੈਣ ਨਹੀਂ ਆਉਂਦੇ, ਸੰਸਕਾਰ ਨਹੀਂ ਕਰਦੇ, ਅਤੇ ਆਪਾਂ ਦੇਖੀਏ ਉਹਨਾਂ ਨੇ ਰੋਡ 'ਤੇ ਆਕਸੀਜਨਾਂ ਲਾਈਆਂ, ਲੋਕਾਂ ਨੂੰ ਕਾਰਾਂ 'ਚ ਵਾ ਕੇ ਰੋਡਾਂ 'ਤੇ ਸਿਲੰਡਰ ਲਾ ਰੱਖੇ ਹੈ, ਜੇ ਹੁਣ ਵੀ ਅੱਤਵਾਦੀ ਤਾਂ ਅੱਤਵਾਦੀ ਰਹਿਣਗੇ ਆ। ਅੱਛਾ ਬਾਜੀ, ਜਿਹੜੀਆਂ ਤੁਸੀਂ ਮਸ਼ੀਨਾਂ ਖਾਲਸਾ ਐਡ ਨੂੰ ਦਿੱਤੀਆਂ ਜਾਂ ਹੋਰਾਂ ਨੂੰ ਦਿੱਤੀਆਂ, ਇਹਦੇ ਖਰਚਾ ਬਹੁਤ ਆਇਆ ਹੋਊ, ਫਿਰ ਉਹ ਪੈਸੇ ਦਾ ਕਿਵੇਂ? ਮੇਰੇ ਜੀ ਵੱਡੇ ਭਰਾ USA ਰਹਿੰਦੇ ਨੇ, ਉਹਨਾਂ ਦੀ ਖੁਦ ਹੀ ਉੱਥੇ ਲੈਬ ਹੈ, ਉਹ 2007 'ਤੇ ਗਏ ਹੋਏ ਆ ਉੱਥੇ, ਉਹਨਾਂ ਨੇ ਮੈਡੀਸਿਨ ਕਮਿਸਟਰੀ ਕਰੀ ਹੈ PhD 'ਚ, ਉਦੋਂ ਬਾਅਦ ਉਹਨਾਂ ਲੈਬ ਕਰਕੇ ਉਹਨਾਂ ਨੇ ਜਦੋਂ ਦਿੱਲੀ 'ਚ ਦੇਖਿਆ ਹੀ ਸੋਸ਼ਲ ਮੀਡੀਆ 'ਤੇ ਦੇਖਿਆ ਵੀਡੀਓ ਆਉਂਦੀ ਹੈ ਲੋਕ ਆਕਸੀਜਨ ਕਰੀਆਂ ਮਰ ਰਹੇ ਨੇ, ਫਿਰ ਉਹਨਾਂ ਦੇ ਦਿਲ 'ਚ ਆਇਆ ਕਿ ਆਪਾਂ ਸੇਵਾ ਤਾਂ ਨਹੀਂ ਕਰ ਸਕਦੇ, ਚਲੋ ਆਪਾਂ ਸਹਿਯੋਗ ਕਰੀਏ, ਫਿਰ ਉਹਨਾਂ ਨੇ 5.25 ਕਰੋੜ ਦਾ ਆਹ ਸਹਿਯੋਗ ਕਰਿਆ। ਇੱਕ ਦਾਨ ਦੇਣਾ ਤਾਂ ਬੜਾ ਸੌਖਾ ਜੀ, ਅਤੇ ਸੇਵਾ ਕਰਨੀ ਬਹੁਤ ਵੱਡਾ ਹੈ, ਬਹੁਤ ਵੱਡਾ ਕੰਮ ਹੈ ਜੀ। ਅੱਛਾ, ਅਤੇ ਉਹ ਜਿਹੜਾ ਆਪਾਂ ਫਿਰ ਕਿਵੇਂ ਉਹ ਤੁਹਾਨੂੰ ਭੇਜੇ ਅਤੇ ਤੁਸੀਂ ਇੱਥੇ ਬਾਏ ਕੀਤੀਆਂ ਜਾਂ ਕਿਵੇਂ ਹੋਇਆ? ਨਹੀਂ ਨਹੀਂ, ਉਹਨਾਂ ਨੇ ਆਪਦਾ ਖੁਦ ਪਰਚੇਜ ਕਰਿਆ, ਚੀਨ ਤੋਂ ਆਏ ਹੈ, 1000 ਹੀ ਕੈਂਸਲੇਟਰ ਆਏ ਹੈ। ਅਤੇ ਉਹ ਫਿਰ ਹੁਣ ਤੁਸੀਂ ਜਿਹੜਾ ਸਟੋਕ ਆ ਉਹ ਦੇ ਦਿੱਤਾ? ਹਾਂਜੀ, ਅਸੀਂ ਜਿਵੇਂ ਸਾਡੇ ਹਨੂਮਾਨਗੜ੍ਹ ਜ਼ਿਲ੍ਹੇ 'ਚ ਹੈ, ਕਲੈਕਟਰ ਸਾਹਿਬ DC ਨੂੰ ਉਹਨਾਂ ਨੂੰ ਦੇ ਚੁੱਕੇ ਹੈ, ਉਹਨਾਂ ਨੇ ਸਰਕਾਰੀ ਹਸਪਤਾਲਾਂ ਜਿਵੇਂ ਸਾਡਾ ਸੰਗਰੀਆ ਹੈ, ਹਨੂਮਾਨਗੜ੍ਹ ਹੈ, ਟਿੱਬੀ ਹੈ, ਪੀਲੀ ਮੰਗਾ, ਸਾਰਿਆਂ 'ਚ ਉਹਨਾਂ ਨੇ ਭੇਜ ਦਿੱਤਾ ਜੀ। ਬਾਜੀ, ਜਦੋਂ ਸਰਕਾਰਾਂ ਦੀ ਗੱਲ ਕਰਦੇ ਹਾਂ, ਆਮ ਬੰਦਾ ਹੁਣ 1000 ਆਪਦੇ ਕੋਲੋਂ ਪੈਸਾ ਲਾ ਕੇ ਅਤੇ ਉਹ ਵੰਡ ਰਿਹਾ, ਸਰਕਾਰਾਂ ਨਾਕਾਮ ਨੇ, ਇੰਨਾ ਪੈਸਾ ਇੰਨਾ ਸਭ ਕੁਛ, ਕੀ ਸਰਕਾਰਾਂ ਇਹ ਚੀਜ਼ਾਂ ਨਹੀਂ ਕਰ ਸਕਦੀਆਂ? ਬਿਲਕੁਲ ਕਰ ਸਕਦੀਆਂ ਜੀ, ਸਰਕਾਰ ਦੀ ਨੀਤੀ ਸਹੀ ਹੋਵੇ ਤਾਂ ਸਰਕਾਰ ਦੇ ਅੱਗੇ ਤਾਂ ਕੋਈ ਬਹੁਤ ਵੱਡੀ ਗੱਲ ਹੈ ਨਹੀਂ ਜੀ, ਸਭ ਕੁਛ ਕਰ ਸਕਦੀਆਂ, ਪਰ ਇਹਨਾਂ ਨੀਤਾਂ ਸੋਚ ਅਤੇ ਇਹਨਾਂ ਨੀਤ ਮਾੜੀ ਹੈ ਜੀ। ਜੀ, ਫਿਰ ਆਪਾਂ ਨੂੰ ਕਿਤੇ ਨਾ ਕਿਤੇ ਸਰਕਾਰ 'ਤੇ ਨਹੀਂ ਦਬਾਅ ਬਣਾਉਣਾ ਚਾਹੀਦਾ ਕਿ ਉਹ ਕਰਨ, ਜਿਹੜੇ ਆਮ ਲੋਕ ਨੇ, ਚਲੋ ਤੁਹਾਡੇ ਮੇਰੇ ਵਰਗੇ ਫਿਰ ਵੀ ਆਪਾਂ ਅਫੋਰਡ ਕਰ ਸਕਦੇ ਹਾਂ, ਮੈਡੀਸਨ ਅਫੋਰਡ ਕਰ ਸਕਦੇ ਹਾਂ, ਜਿਹੜਾ ਇੱਕ ਗਰੀਬ ਬੰਦਾ ਹੈ ਉਹ ਜਦੋਂ ਕਰੋਨਾ ਹੋਊਗਾ ਉਹ ਕਿੱਥੋਂ ਅਫੋਰਡ ਕਰੂਗਾ, ਅਤੇ ਕਿੱਥੋਂ ਆਕਸੀਜਨ ਮਸ਼ੀਨ ਆ ਜਾਂ ਆਕਸੀਜਨ ਸਿਲੰਡਰ ਅਫੋਰਡ ਕਰੂਗਾ, ਫਿਰ ਉਹਦਾ ਕੀ ਬਣੂ? ਐਸੇ ਵਾਸਤੇ ਲੋਕ ਅੱਗੇ ਆਏ ਨੇ, ਸਰਕਾਰ ਦੀ ਸੋਚ ਹੈ ਨਹੀਂ ਦੇਖ ਕੇ, ਸਰਕਾਰ ਕੁਛ ਵੀ ਕਰ ਸਕਦੀ ਸੀ, ਸਰਕਾਰ ਦੇ ਅੱਗੇ ਆਕਸੀਜਨ ਕੋਈ ਬਹੁਤ ਵੱਡੀ ਗੱਲ ਨਹੀਂ ਗੀ, ਪਰ ਜਦੋਂ ਇਹਨਾਂ ਨੇ ਨਹੀਂ ਕੁਛ ਕਰਿਆ ਤਾਂ ਹੀ ਲੋਕ ਅੱਗੇ ਆਏ, ਉਹਨਾਂ ਨੇ ਆਖਿਆ ਲੋਕ ਮਰੀ ਜਾਂਦੇ ਨੇ, ਅਤੇ ਆਪਦੇ ਚਲੋ ਜਿੰਨਾ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਲੋਕਾਂ ਨੇ ਦਾਨ ਕੀਤਾ, ਸੇਵਾ ਕਰੀ ਹੈ, ਇਸ ਵਾਸਤੇ ਲੋਕ ਅੱਗੇ ਆਏ ਨੇ। ਅੱਛਾ ਬਾਈ ਜੀ, ਇੱਕ ਪਾਸੇ ਦਿੱਲੀ ਦੇ ਵਿੱਚ ਹਾਹਾਕਾਰ ਹੈ ਕਰੋਨਾ ਦਾ, ਦੂਜੇ ਪਾਸੇ ਦਿੱਲੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਧਰਨਾ ਉਹ ਲੱਗਿਆ ਹੋਇਆ, ਅਤੇ ਉੱਥੇ ਹਜੇ ਤੱਕ ਕੋਈ ਜਿਹੜੀ ਹੈਗੀ ਹੈ ਰਿਪੋਰਟ ਪੋਜ਼ੀਟਿਵ ਨਹੀਂ ਆਈ, ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹ ਵੀ ਬਾਰਡਰ 'ਤੇ ਹੈ ਅਤੇ ਉਹ ਦਿੱਲੀ ਦੇ ਵਿੱਚ? ਦੇਖੋ, ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕਿਸਾਨ ਧਰਨੇ 'ਤੇ ਬੈਠੇ, ਉੱਥੇ ਕੋਈ ਰਿਪੋਰਟ ਪੋਜ਼ੀਟਿਵ ਨਹੀਂ ਆ ਰਹੀ, ਹੁਣ ਸਰਕਾਰ ਦੀ ਕੀ ਨੀਤੀ ਹੈ ਕੋਈ ਕੁਛ ਨਹੀਂ ਪਤਾ ਲੱਗ ਰਿਹਾ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਕਰੋਨਾ ਨੂੰ ਫਿਰ ਬਣਾਇਆ ਜਾ ਰਿਹਾ, ਕਿਉਂਕਿ ਜੇ ਕਰੋਨਾ ਹੁੰਦਾ ਤਾਂ ਫਿਰ ਸਾਡੇ ਉੱਥੇ ਵੀ ਆਉਂਦਾ ਅਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਹੁੰਦਾ? ਦੇਖੋ, ਇਸ ਆਹ ਵੀ ਦੇਖ ਸਕਦੇ ਹਾਂ ਸਰਕਾਰ ਦੀ ਕੋਈ ਚਾਲ ਵੀ ਹੋ ਸਕਦੀ ਹੈ ਇਸ 'ਚ, ਕਿ ਕਿਸਾਨ ਧਰਨੇ 'ਤੇ ਕੋਈ ਪੋਜ਼ੀਟਿਵ ਨਹੀਂ ਆਇਆ, ਨਾ ਹੀ ਉਹਨਾਂ ਦੇ ਉੱਥੇ ਕੋਈ ਆਕਸੀਜਨ ਦੀ ਲੋੜ ਪਈ ਹੈ ਅਤੇ ਨਾ ਹੀ ਕਾਸੇ ਦੀ ਹੈ, ਅਤੇ ਇਹਦਾ ਕੁਛ ਨਹੀਂ ਕਹਿ ਸਕਦੇ ਕੀ ਹੈ ਸਰਕਾਰ ਦੀ ਚਾਲ ਹੈ ਜੀ। ਅੱਛਾ ਬਾਈ ਜੀ, ਤੁਸੀਂ ਕਿਸਾਨੀ ਨਾਲ ਬੇਸਿਕਲੀ ਜੁੜੇ ਹੋਏ ਹੋ, ਕਿ ਕਿਸਾਨ ਜਿਹੜੇ ਚੱਲ ਰਹੇ ਅੰਦੋਲਨ ਉਹਦੇ ਵਾਸਤੇ ਵੀ ਕੁਛ ਕੀਤਾ? ਬਿਲਕੁਲ ਜੀ, ਸਾਡੇ ਟਾਬਾਂ ਪਿੰਡ ਤੋਂ ਉੱਥੇ ਲਾ ਰੱਖੇ ਟੈਂਟ ਲਾ ਰੱਖੇ ਆ ਟਾਬਾਂ ਬੋਲਿਆਂ ਵਾਲੀ, ਅਤੇ ਸ਼ੇਰਗੜ੍ਹ 3 ਪਿੰਡਾਂ ਦਾ ਅਸੀਂ ਸਹਿਯੋਗ ਕਰੀ ਜਾਂਦੇ ਉਹਨਾਂ 'ਚ, ਕੋਈ ਖਾਣੇ ਦਾ, ਕੋਈ ਕਣਕ ਹੈ, ਹੁਣ ਅਸੀਂ ਕਣਕ ਵੀ ਇਕੱਠੀ ਕਰੀ ਹੈ, ਕੋਈ ਜ਼ਰੂਰਤ ਪੈਂਦੀ ਹੈ ਪੈਸੇ ਦੀ ਤਾਂ ਉਹ ਵੀ ਅਸੀਂ ਭੇਜ ਰਹੇ ਹਾਂ। ਕੀ ਲੱਗਦਾ ਜਿਹੜਾ ਅੰਦੋਲਨ ਸਾਡਾ ਪਹਿਲਾਂ ਹੀ ਬਹੁਤ ਲੰਬਾ ਹੋ ਗਿਆ, ਹੁਣ ਹੋਰ ਕਿੰਨਾ ਕੁ ਲੰਬਾ ਹੋਊਗਾ?
ਦੇਖੋ ਜੀ ਸਰਕਾਰ ਕਿੰਨਾ ਚਿਰ ਕਿਸਾਨਾਂ ਨੂੰ ਉੱਥੇ ਬਿਠਾਉਂਦੀ ਹੈ ਪਰ ਕਿਸਾਨ ਡਟੇ ਹੈ ਉਹਨਾਂ ਚਿਰ ਖੜੇ ਨਹੀਂ ਹੁੰਦੇ ਜਿੰਨਾ ਚਿਰ ਬਿੱਲ ਵਾਪਸ ਨਹੀਂ ਹੁੰਦੇ। ਜੇ ਇਹਨਾਂ ਨੇ ਐਂ ਕਰਤਾ ਵੀ ਕਰੋਨਾ ਦੇ ਕਰਕੇ ਦਿੱਲੀ ਦੇ ਵਿੱਚ ਜਿਵੇਂ ਹੁਣ ਹੋਇਆ ਪਿਆ ਵੀ ਨਹੀਂ ਹੁਣ ਤਾਂ ਬਿਮਾਰੀ ਬਹੁਤ ਫੈਲ ਗਈ ਅਤੇ ਤੁਹਾਨੂੰ ਉੱਠਣਾ ਪਊਗਾ, ਫਿਰ ਕੀ ਹਾਲਾਤ? ਨਹੀਂ ਨਹੀਂ ਬਿਲਕੁਲ ਨਹੀਂ ਉੱਠਦੇ ਜੀ ਕਿਸਾਨ, ਉੱਥੇ ਡਟੇ ਰਹਾਂਗੇ, ਕੋਈ ਹੋਰ ਵੀ ਜ਼ਰੂਰਤ ਹੋਈ ਕਿਸਾਨਾਂ ਦਾ ਬਿਲਕੁਲ ਸਹਿਯੋਗ ਕਰਾਂਗੇ ਅਤੇ ਉਹਨਾਂ ਦੇ ਨਾਲ ਖੜੇ ਹਾਂ। ਅੱਛਾ ਬਾਈ ਜੀ, ਤੁਸੀਂ ਇਹ ਕੀਤਾ ਅਤੇ ਆਮ ਲੋਕਾਂ ਨੂੰ ਕੀ ਇਸ ਮੈਸੇਜ ਦੇਣਾ ਚਾਹੋਗੇ, ਕਿਉਂਕਿ ਤੁਸੀਂ ਤੁਹਾਡਾ ਪਰਿਵਾਰ ਸਾਹਮਣੇ ਆਇਆ ਐਡਾ ਵੱਡਾ ਕੰਮ ਕੀਤਾ ਤੁਸੀਂ, ਅਤੇ ਫਿਰ ਲੋਕਾਂ ਨੂੰ ਕੀ ਸੰਦੇਸ਼ ਦਿਓਗੇ ਵੀ ਜਿਹੜਾ ਕਰੋਨਾ ਤੋਂ ਬਚਣ ਅਤੇ ਸਰਕਾਰਾਂ ਤੋਂ? ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਆਪਾਂ ਜਿੰਨਾ ਸਹਿਯੋਗ ਕਰ ਸਕਦੇ ਹਾਂ ਲੋਕਾਂ ਦਾ ਸਹਿਯੋਗ ਕਰੋ। ਚਲੋ ਆਪਦੀ ਆਪਦੀ ਸੇਫਟੀ ਤਾਂ ਆਪਦੇ ਵਾਸਤੇ ਰੱਖਣੀ ਹੈ, ਮਾਸਕ ਰੱਖੋ, ਜ਼ਿਆਦਾ ਜ਼ਰੂਰਤ ਤੋਂ ਬਾਹਰ ਬਾਹਰ ਨਾ ਜਾਓ, ਆਪਦੇ ਘਰ ਦੇ ਅੰਦਰ ਰਹੋ, ਕੋਈ ਜ਼ਰੂਰਤ ਹੈ ਤਾਂ ਹੀ ਬਾਹਰ ਨਿਕਲੋ, ਆਹੀ ਸੰਦੇਸ਼ ਹੈ ਅਸੀਂ ਤਾਂ ਦੇਣਾ ਚਾਹੁੰਦੇ ਹਾਂ। ਦੋਸਤੋ ਰਮਨਦੀਪ ਸਿੱਧੂ ਮੌਜੂਦ ਸੀਗੇ ਜਿਨ੍ਹਾਂ ਨੇ ਕਿਹਾ ਕਿ ਤਕਰੀਬਨ 5 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਉਹਨਾਂ ਨੇ ਭਾਰਤ ਸਰਕਾਰ ਦੇ ਸਹਾਇਤਾ ਲਈ ਕੀਤਾ, ਉਹਨਾਂ ਦੇ ਬ੍ਰਦਰ ਨੇ ਕੀਤਾ। ਇਹ ਚੀਨ ਤੋਂ ਜਿਹੜੀਆਂ ਮਸ਼ੀਨਾਂ ਮੰਗਵਾ ਕੇ ਉਹਨਾਂ ਨੇ ਭਾਰਤ ਸਰਕਾਰ ਨੂੰ ਦਿੱਤੀਆਂ ਨੇ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਬਲਕਰਨ ਸਿੰਘ ਡੱਬ ਵਾਲੀ ਸਾਡਾ TV।